ਸਤਿ ਸ਼੍ਰੀ ਅਕਾਲ ਜੀ, ਜਸ ਪੰਜਾਬੀ ਤੇ ਪੰਜਾਬ ਬੋਲ ਦਾ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ। ਮੈਂ ਹਾਂ ਕੁਲਵਿੰਦਰ ਸਿੰਘ ਤੇ ਇਸ ਵੇਲੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਅਸੀਂ ਪਹੁੰਚੇ ਹੋਏ ਹਾਂ ਜਿੱਥੇ ਕਿ NSUI ਦੇ ਵੱਲੋਂ ਇੱਥੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਮੋਦੀ ਸਰਕਾਰ ਦੇ ਖਿਲਾਫ, CAA ਨੂੰ ਲੈ ਕੇ, NRC ਅਤੇ NPR ਦੇ ਖਿਲਾਫ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਪਾਰਟੀ ਦੇ ਜਿਹੜੇ ਕੌਮੀ ਪ੍ਰਧਾਨ ਨੇ ਨੀਰਜ ਕੁੰਦਨ, ਇਸ ਤੋਂ ਇਲਾਵਾ ਜੋ ਪੰਜਾਬ ਪ੍ਰੈਜ਼ੀਡੈਂਟ ਨੇ NSUI ਦੇ ਅਕਸ਼ੇ ਸ਼ਰਮਾ, ਉਹਨਾਂ ਤੋਂ ਇਲਾਵਾ ਤਮਾਮ ਜੋ ਵਿਦਿਆਰਥੀ ਜਿਹੜੇ ਨੇ ਇਸ ਪ੍ਰਦਰਸ਼ਨ ਦੇ ਵਿੱਚ ਸ਼ਾਮਿਲ ਹੋਏ ਨੇ। ਅਤੇ ਖਾਸ ਤੌਰ ਦੇ ਉੱਤੇ ਜਿਹੜਾ ਮੁਜ਼ਾਹਰਾ ਹੈ ਉਹ ਇਹਨਾਂ ਕਾਨੂੰਨਾਂ ਦੇ ਖਿਲਾਫ ਕੀਤਾ ਜਾ ਰਿਹਾ ਜਿਹਦੇ ਖਿਲਾਫ ਲਗਾਤਾਰ ਪ੍ਰਦਰਸ਼ਨ ਜਿਹੜੇ ਨੇ ਹੋ ਰਹੇ ਨੇ। ਵਿਰੋਧ ਆਪਣਾ ਦਰਜ ਵਿਦਿਆਰਥੀ ਜਿਹੜੇ ਵਿਰੋਧ ਕਰਵਾਇਆ ਜਾ ਰਿਹਾ ਹੈ। ਵਿਦਿਆਰਥੀਆਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ। ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਕਿ ਕਿੰਨੀ ਗਿਣਤੀ ਦੇ ਵਿੱਚ ਵਿਦਿਆਰਥੀ ਇੱਥੇ ਪਹੁੰਚੇ ਹੋਏ ਨੇ। ਤੇ ਲਗਾਤਾਰ ਕਾਂਗਰਸ ਮੁਜ਼ਾਹਰੇ ਕਰ ਰਹੀ ਹੈ, ਲਗਾਤਾਰ NSUI ਦੇ ਖਿਲਾਫ ਆਪਣਾ ਰੋਸ ਜਿਹੜਾ ਹੈ ਉਹ ਜ਼ਾਹਰ ਕਰ ਰਹੀ ਹੈ। NSUI ਦੇ ਕੌਮੀ ਪ੍ਰਧਾਨ ਜਿਹੜੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਉਹ ਇੱਥੇ ਲਗਾਤਾਰ ਆਪਣਾ ਰੋਸ ਜਿਹੜਾ ਹੈ ਉਹ ਲਗਾਤਾਰ ਜ਼ਾਹਰ ਕਰ ਰਹੇ। ਅਕਸ਼ੇ ਵੀ ਸਾਡੇ ਨਾਲ ਮੌਜੂਦ ਨੇ। ਅਕਸ਼ੇ, ਤੁਸੀਂ ਪ੍ਰਦਰਸ਼ਨ ਕਰ ਰਹੇ ਹੋ, ਕੀ ਕਹਿਣਾ ਹੈ ਤੁਹਾਡਾ, ਕਿਉਂ ਇੰਨੇ ਵੱਡੇ? ਜਿਸ ਪ੍ਰਕਾਰ ਨਾਲ ਮੋਦੀ ਸਰਕਾਰ ਸੰਵਿਧਾਨ ਨੂੰ ਤਾੜ ਤਾੜ ਕਰ ਰਹੀ ਹੈ, ਛਾਤਰਾਵਾਂ ਨੂੰ ਉਹਦੇ ਮੁੱਦਿਆਂ ਤੋਂ ਭੜਕਾ ਰਹੀ ਹੈ, ਉਹਨੂੰ ਲੈ ਕੇ ਜਲਿਆਂਵਾਲੇ ਬਾਗ ਤੋਂ ਥੋੜ੍ਹੇ ਦਿਨ ਪਹਿਲੇ ਪ੍ਰਦਰਸ਼ਨ ਸ਼ੁਰੂ ਕੀਤੇ ਗਏ ਸੀਗੇ ਅਤੇ ਲੁਧਿਆਣੇ ਕੀਤਾ ਗਿਆ, ਗੁਰਦਾਸਪੁਰ ਕੀਤਾ ਗਿਆ, ਅੱਜ ਇਹਨੂੰ ਚੰਡੀਗੜ੍ਹ ਦੇ ਵਿੱਚ ਕੀਤਾ ਗਿਆ ਹੈ। ਅਤੇ ਇਹਨੂੰ ਫਿਰ ਅਸੀਂ ਲੈ ਕੇ ਜਾਂਦੇ ਹੋਏ ਦਿੱਲੀ ਤੱਕ ਪ੍ਰਦਰਸ਼ਨ ਕਰਾਂਗੇ ਅਤੇ ਇਹਦੇ ਇਸ ਬਿੱਲ ਨੂੰ ਮੋਦੀ ਸਰਕਾਰ ਦੇ ਨੂੰ ਵਾਪਸ ਕਰਾ ਕੇ ਹੀ ਵਿਦਿਆਰਥੀ ਸਾਹ ਲੈਣਗੇ। ਸੜਕਾਂ 'ਤੇ ਵਿਦਿਆਰਥੀ ਉੱਤਰ ਚੁੱਕੇ ਨੇ, ਜਿਸ ਤਰ੍ਹਾਂ ਨਾਲ ਪ੍ਰਦਰਸ਼ਨ ਚੱਲ ਰਿਹਾ ਹੈ ਇਸ ਸਰਕਾਰ ਨੂੰ ਵੀ ਜੜ੍ਹ ਤੋਂ ਪੁੱਟ ਕੇ ਭਰਾ ਸਿੱਟਾਂਗੇ। ਇੱਕ BJP ਦਾ ਇਲਜ਼ਾਮ ਹੈ ਕਿ ਕਾਂਗਰਸ ਜਿਹੜੀ ਆ ਉਹ ਲਗਾਤਾਰ ਇਸ ਇਹਨਾਂ ਕਾਨੂੰਨਾਂ ਨੂੰ ਲੈ ਕੇ ਭਰਮ ਫੈਲਾ ਰਹੀ ਹੈ। ਇੱਕ ਤਰਕ ਉਹਨਾਂ ਦਾ ਇਹ ਵੀ ਹੈ ਕਿ ਜਿਹੜਾ NPR ਅਤੇ NRC ਦੀਆਂ ਗੱਲਾਂ ਕਾਂਗਰਸ ਕਰ ਰਹੀ ਹੈ ਉਹ ਇਹਨਾਂ ਦੀ ਸ਼ੁਰੂਆਤ ਜਿਹੜੀ ਸੀ ਉਹ ਕਿਤੇ ਵੇਲੇ ਕਾਂਗਰਸ ਦੇ ਇਸ ਟਾਈਮ 'ਚ ਹੋਈ ਸੀ, UPA ਦੇ ਵੇਲੇ। ਇਹ ਸਿਰਫ ਅਤੇ ਸਿਰਫ ਮੋਦੀ ਗੌਰਮੈਂਟ ਮਨਿਓਰਟੀਜ਼ ਨੂੰ ਉਹਨਾਂ ਦਾ ਮਾਇੰਡ ਡਿਵਰਟ ਕਰ ਰਹੀ ਹੈ। ਮਨਿਓਰਟੀ ਦੀ ਆਪਾਂ ਗੱਲ ਕਰੀਏ, 14 ਤੋਂ ਲੈ ਕੇ 16% ਤੱਕ ਮਨਿਓਰਟੀ ਹੈ, 85 ਤੋਂ 86% ਤੱਕ ਦੇ ਵਿੱਚ ਸਾਡੀ ਹਿੰਦੂ ਕਮਿਊਨਿਟੀ ਹੈ। ਹਿੰਦੂ ਕਮਿਊਨਿਟੀ ਦੇ ਉੱਤੇ ਕੀ ਅੱਜ ਰੋਜ਼ਗਾਰ, ਹਿੰਦੂ ਕਮਿਊਨਿਟੀ ਕੋਲ ਸਾਰੀ ਕੋਲ ਰੋਜ਼ਗਾਰ ਹੈ ਕਿ ਸਾਰੀ ਦੀ ਸਾਰੀ ਹਿੰਦੂ ਕਮਿਊਨਿਟੀ ਪੜ੍ਹੀ ਲਿਖੀ ਹੈ, ਸਾਰੀ ਹਿੰਦੂ ਕਮਿਊਨਿਟੀ ਰੋਟੀ ਖਾ ਕੇ ਸੌ ਰਹੀ ਹੈ, ਉਹਨਾਂ ਦੇ ਮੁੱਦਿਆਂ ਤੋਂ ਉਹਨਾਂ ਨੂੰ ਭਟਕਾਇਆ ਜਾ ਰਿਹਾ ਹੈ। ਇਹ ਮੋਦੀ ਸਰਕਾਰ ਸਾਡੇ ਵਿਦਿਆਰਥੀਆਂ ਨੂੰ ਮੁੱਦਿਆਂ ਤੋਂ ਭਟਕਾ ਰਹੀ ਹੈ, ਸਾਡੇ ਨੌਜਵਾਨਾਂ ਨੂੰ ਮੁੱਦਿਆਂ ਤੋਂ ਭਟਕਾ ਰਹੀ ਹੈ, ਕਿਸਾਨਾਂ ਨੂੰ ਮੁੱਦਿਆਂ ਤੋਂ ਭਟਕਾ ਰਹੀ ਹੈ। ਇਹ ਮੁੱਦਿਆਂ ਤੋਂ ਭਟਕਾ ਕੇ ਉਹਨੇ ਧਿਆਨ CAA ਤੇ NRC ਵੱਲ ਕੀਤਾ। ਤੁਹਾਨੂੰ ਕੀ ਲੱਗਦਾ ਕਿ ਨੌਜਵਾਨਾਂ ਨੂੰ ਅਸਲ ਦੇ ਵਿੱਚ ਮੋਦੀ ਸਰਕਾਰ ਤੋਂ ਪੁੱਛਣਾ ਕੀ ਚਾਹੀਦਾ, ਕਿਹੜੇ ਮਸਲਿਆਂ ਤੇ ਗੱਲ ਹੋਣੀ ਚਾਹੀਦੀ ਹੈ? ਨੌਜਵਾਨ ਸਿਰਫ ਇੱਕੋ ਮੁੱਦੇ ਪੁੱਛ ਰਹੇ ਜਿਸ ਖਿਲਾਫ ਅੱਜ ਅਸੀਂ ਰੈਲੀ ਕੀਤੀ ਹੈ। ਸਾਡਾ ਸਿਰਫ ਤੇ ਸਿਰਫ ਰੋਜ਼ਗਾਰ, ਸਾਡੇ ਲੋਕਾਂ ਦੇ ਲਈ ਨੌਕਰੀਆਂ, ਸਾਡੇ ਫੀਸ ਬੜੋਤਰੀ ਦੇ ਕੰਮ, ਸਾਡੇ ਯੂਨੀਵਰਸਿਟੀਆਂ ਦੀਆਂ ਗੱਲਾਂ, ਸਾਡੇ UGC ਗ੍ਰਾਂਟ ਕਮਿਸ਼ਨ ਦੀ ਗੱਲ, ਸਾਡੇ ਇਹ ਮੁੱਦੇ ਨੇ। ਸਾਨੂੰ ਭਟਕਾ ਕੇ CAA ਤੇ NRC ਵੱਲ ਨਾ ਜੋੜਿਆ ਜਾਵੇ। ਇੱਕ ਇਲਜ਼ਾਮ ਇਹ ਵੀ ਲਾ ਰਹੀ ਹੈ BJP ਕਿ ਕਾਂਗਰਸ, ਕਿਉਂਕਿ ਆਪਣਾ ਆਧਾਰ ਜਿਹੜਾ ਹੈ ਉਹ ਦੇਸ਼ ਪੱਧਰ 'ਤੇ ਗਵਾ ਚੁੱਕੀ ਹੈ, ਅਤੇ ਉਸੇ ਨੂੰ ਬਰਕਰਾਰ ਕਰਨ ਦੇ ਲਈ ਇਸ ਤਰੀਕੇ ਦੀਆਂ ਚੀਜ਼ਾਂ ਜਿਹੜੀਆਂ ਕਾਂਗਰਸ ਕਰ ਰਹੀ ਹੈ। ਇਹ ਦੇਖੋ, ਇਹ ਗਲਤ ਫਹਿਮੀ ਦੇ ਸ਼ਿਕਾਰ ਹੈ ਮੋਦੀ ਸਰਕਾਰ, ਕਿਤੇ ਜ਼ਰੂਰ ਇਹ ਕੀਤੇ ਸੀਗੇ, ਪਰ ਇਹਨਾਂ ਨੂੰ ਜੜ੍ਹ 'ਚੋਂ ਪੁੱਟ ਕੇ ਅਸੀਂ ਆਉਂਦੇ ਇਲੈਕਸ਼ਨ ਦੇ ਵਿੱਚ ਇਹਨਾਂ ਨੂੰ ਜੜ੍ਹ ਤੋਂ ਪੁੱਟ ਕੇ ਦਿਖਾਵਾਂਗੇ। ਵਿਦਿਆਰਥੀ ਸੜਕਾਂ 'ਤੇ ਨੇ, ਨੌਜਵਾਨ ਸੜਕਾਂ 'ਤੇ ਨੇ, ਅਸੀਂ ਸਹੁੰ ਖਾ ਕੇ ਜਲਿਆਂਵਾਲੇ ਬਾਗ ਤੋਂ ਚੱਲੇ ਹਾਂ ਅਤੇ ਇਹਨੂੰ ਜੜ੍ਹੋਂ ਪੁੱਟ ਕੇ ਦਿਖਾਵਾਂਗੇ। ਅਸੀਂ ਤਾਂ ਅੰਗਰੇਜ਼ਾਂ ਨੂੰ ਸਾਡੇ ਨੌਜਵਾਨਾਂ ਨੇ ਪੱਟ ਕੇ ਸਿੱਟਤਾ ਸੀ, ਇਹਨਾਂ ਦੀ ਔਕਾਤ ਹੀ ਕੀ ਹੈ? ਤੁਹਾਨੂੰ ਲੱਗਦਾ ਕਿ ਇਹ ਜੋ ਚੀਜ਼ਾਂ ਨੇ ਜਾਂ ਕਾਨੂੰਨ ਨੇ ਜਿਹੜੇ ਇਹ ਅੱਗੇ ਜਿਹੜੇ ਪੰਜਾਬ ਦੀ ਵੀ ਜੇਕਰ ਅਸੀਂ ਗੱਲ ਕਰੀਏ ਵਿਧਾਨ ਸਭਾ ਚੋਣਾਂ ਦੀ ਜਾਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੇ, ਇਹ ਮੋਦੀ ਸਰਕਾਰ ਦੇ ਲਈ ਵੱਡਾ ਝਟਕਾ ਸਾਬਤ ਹੋਣਗੇ? ਇਹ ਹੁਣ ਵੀ ਮੋਦੀ ਸਰਕਾਰ ਲਈ ਬਹੁਤ ਵੱਡੇ ਝਟਕੇ ਨੇ, ਇਹਨਾਂ ਦੇ ਇਹ ਭੁਖਲਾਹਟ ਹੀ ਹੈ। ਜਿਸ ਪ੍ਰਕਾਰ ਇਹਨਾਂ ਨੇ CAA ਤੇ NRC ਦਾ ਮੁੱਦਾ ਭਟਕਾਉਣ ਦੇ ਲਈ JNU ਦੇ ਵਿੱਚ ਆਪਣੇ ਗੁੰਡੇ ਭੇਜੇ, ਮੁੱਦੇ ਤੋਂ ਭਟਕਾਉਣ ਦੀ ਕੋਸ਼ਿਸ਼ ਕੀਤੀ, ਥੋੜ੍ਹੇ ਦਿਨਾਂ ਨੂੰ ਇਹ ਰਾਮ ਮੰਦਿਰ ਦਾ ਮੁੱਦਾ ਫਿਰ ਉੱਪਰ ਲੈ ਕੇ ਆ ਰਹੇ ਨੇ। ਇਹ ਇਸ ਚੀਜ਼ ਦੇ ਵਿੱਚ ਸਾਨੂੰ ਸਿਰਫ ਭਟਕਾਉਣਾ ਚਾਹੁੰਦੇ ਨੇ। ਸਾਡੇ ਮੁੱਦਿਆਂ ਤੋਂ ਅਸੀਂ ਭਟਕ ਨਹੀਂ ਸਕਦੇ, ਸਾਡੇ ਮੁੱਦੇ ਖਰੇ ਨੇ, ਅਸੀਂ ਉਹਦੇ ਉੱਤੇ ਲੜਦੇ ਰਹਾਂਗੇ। ਇੱਕ ਗੱਲ ਇਹ ਦੱਸੋ ਕਿ ਜਿਹੜਾ JNU AMU ਦੇ ਵਿੱਚ ਜੋ ਘਟਨਾਕ੍ਰਮ ਵਾਪਰਦਾ ਹੈ ਵਿਦਿਆਰਥੀਆਂ ਦੇ ਨਾਲ, ਤੁਹਾਨੂੰ ਕੀ ਲੱਗਦਾ ਕਿ ਜਿਹੜੀਆਂ ਪੰਜਾਬ ਦੀਆਂ ਯੂਨੀਵਰਸਿਟੀਆਂ ਨੇ ਜਾਂ ਦੇਸ਼ ਦੀਆਂ ਹੋਰ ਯੂਨੀਵਰਸਿਟੀਆਂ ਨੇ ਉਹਨਾਂ ਨੂੰ ਉਸ ਘਟਨਾਕ੍ਰਮ ਤੋਂ ਕੀ ਸਿੱਖਣਾ ਚਾਹੀਦਾ ਕਿ ਕੱਲ੍ਹ ਉਹ ਵੀ ਟਾਰਗੇਟ ਹੋ ਸਕਦੀਆਂ ਨੇ? ਉਸ ਨੂੰ ਸਿੱਖ ਦਿਖਾਉਣ ਦੇ ਲਈ ਅੱਜ ਤਾਂਹੀਓ ਵਿਦਿਆਰਥੀ, ਅੱਜ ਨਹੀਂ ਉਸ ਦਿਨ ਹੀ ਵਿਦਿਆਰਥੀ ਰਾਤ ਨੂੰ ਇਕੱਠੇ ਹੋ ਗਏ ਸੀ। ਅਸੀਂ ਯੂਨੀਵਰਸਿਟੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਅਸੀਂ ਇਹ ਕਾਰਜਕ੍ਰਮ ਸ਼ੁਰੂ ਕੀਤੇ ਸੀਗੇ ਵੀ ਅੱਜ ਜੇ ਅਸੀਂ ਇਕੱਠੇ ਨਾ ਹੋਏ ਇਹ BJP ਦੇ ਗੁੰਡੇ ਸਾਡੀ ਯੂਨੀਵਰਸਿਟੀ 'ਚ ਵੀ ਆਉਣਗੇ, ਸਾਨੂੰ ਕੁੱਟਣਗੇ, ਸਾਨੂੰ ਮਾਰਨਗੇ। ਪਰ ਇਹ ਭੁੱਲ ਚੁੱਕੇ ਨੇ, ਪੰਜਾਬ ਦੇ ਵਿਦਿਆਰਥੀ ਨੇ, ਪੰਜਾਬ ਦੇ ਨੌਜਵਾਨ ਨੇ, ਇਹਨਾਂ ਦੀ ਹਿਟਲਰਗਰੀ ਨਹੀਂ ਸਹਿਣ ਕਰਨਗੇ।
ਸੀਏ NRC ਤੇ ਨਾਲ ਦੀ ਨਾਲ NPR ਦੇ ਖਿਲਾਫ ਬਹੁਤ ਸਾਰੇ ਵਿਦਿਆਰਥੀ ਇੱਥੇ ਮੌਜੂਦ ਨੇ, ਕੁਝ ਵਿਦਿਆਰਥੀਆਂ ਵੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਮੈਮ ਕੀ ਨਾਮ ਤੁਹਾਡਾ? ਮੇਰਾ ਨਾਮ ਪਾਹੁਲ ਕੌਰ ਹੈ ਔਰ ਮੈਂ ਇਸ ਵਾਰ ਚੰਡੀਗੜ੍ਹ ਦੀ ਡਿਸਟ੍ਰਿਕਟ ਪ੍ਰੈਜ਼ੀਡੈਂਟ ਹਾਂ। ਇਹ ਦੱਸੋ ਕਿ ਕਿਉਂ NSUIS ਦੇ ਖਿਲਾਫ ਪ੍ਰੋਟੈਸਟ ਕਰ ਰਹੇ ਹਨ, ਕਾਨੂੰਨਾਂ ਦੇ ਖਿਲਾਫ, ਤੇ ਇਹ ਕਾਨੂੰਨ ਤੁਹਾਨੂੰ ਕਿਉਂ ਲੱਗਦਾ, ਕਿਉਂ ਕਾਲੇ ਕਾਨੂੰਨ ਨੇ? ਦੇਖੋ ਪਹਿਲੀ ਬਾਤ ਮੈਂ ਕੋਈ ਬਤਾਨਾ ਚਾਹੂੰਗੀ ਕਿ ਹਮਾਰਾ ਜੋ ਆਜ ਕਾ ਪ੍ਰੋਟੈਸਟ ਹੈ ਉਹ ਨਾ ਸਿਰਫ NRC NRP ਕੇ ਅਗੇਂਸਟ ਤੋਂ ਹੈ ਹੀ, ਸਾਥ ਹੀ ਸਾਥ ਅਨਇੰਪਲੋਇਮੈਂਟ ਕੇ ਅਗੇਂਸਟ ਔਰ ਸਰਕਾਰ ਨੇ ਜੋ ਵੀ ਆਪਣੇ ਵਾਦੋਂ ਕੋ ਆਜ ਤੋੜਾ ਹੈ ਉਨ ਸਭ ਕੇ ਅਗੇਂਸਟ ਹੈ। ਹਮ ਸਰਕਾਰ ਸੇ ਬਹੁਤ ਗੁੱਸੇ ਮੇਂ ਹੈ, ਯੂਥ ਹਮ ਸਭ ਯਹਾਂ ਪੇ ਇਕੱਠੇ ਹੋਏ, ਹਮ ਦੇਖ ਰਹੇ ਕਿਤਨਾ ਬੜਾ ਅੱਜ ਪ੍ਰੋਟੈਸਟ ਹੈ ਔਰ ਹਮ ਸਭ ਆ 17 ਤੱਕ ਜਾਣੇ ਵਾਲੇ ਔਰ ਆਪਣੀ ਜੋ ਵੀ ਡਿਮਾਂਡਸ ਹੈ ਸਭੀ ਡਿਮਾਂਡਸ ਇੰਪਲੋਇਮੈਂਟ ਕੋ ਲੇਕਰ ਕੇ, ਜੋਬ ਸੈਕਟਰ ਕੋ ਲੇਕਰ ਕੇ, ਐਜੂਕੇਸ਼ਨ ਕੋ, ਐਜੂਕੇਸ਼ਨ ਪਾਲਿਸੀ ਜੋ ਇਤਨੀ ਖਰਾਬ ਆਈ ਥੀ ਉਸਕੋ ਲੇਕਰ ਕੇ, NPR ਵਗੈਰਾ ਸਭ ਹਰ ਇੱਕ ਮੁੱਦੇ ਕੋ ਆਜ ਹਮ ਆਗੇ ਰਿਪ੍ਰੈਜ਼ੈਂਟ ਕਰਨੇ ਵਾਲੇ ਹੈ। ਇੱਕ BJP ਇਹ ਇਲਜ਼ਾਮ ਲਾਉਂਦੀ ਹੈ ਕਾਂਗਰਸ ਤੇ ਕਿ ਕਾਂਗਰਸ ਜਿਹੜੀ ਹੈ ਉਹ ਯੂਥ ਦੇ ਵਿੱਚ ਜਾਣ ਬੁੱਝ ਕੇ ਇੱਕ ਭਰਮ ਫੈਲਾ ਰਹੀ ਹੈ, ਗਲਤ ਜਾਣਕਾਰੀ ਦੇ ਰਹੀ ਹੈ। ਉਹਨਾਂ ਦਾ ਤਰਕ ਇਹ ਹੈ ਕਿ ਜਿਹੜੇ ਲੋਕਾਂ ਨੂੰ ਤੁਸੀਂ ਕਹਿ ਰਹੇ ਹੋ ਕਿ CAA ਦੇ ਵਿੱਚ ਧਰਮ ਦੇ ਆਧਾਰ ਤੇ ਨਾਗਰਿਕ ਤੱਕ ਹੋਈ ਜਾਏਗੀ, ਉਹ ਕਹਿੰਦੇ ਕਿ 3 ਮੁਲਕਾਂ ਦਾ ਜ਼ਿਕਰ ਹੈ, ਉਹਨਾਂ ਦੇ ਵਿੱਚ ਮੁਸਲਿਮ ਮੈਜੋਰਟੀ 'ਚ ਨੇ, ਜਿਹੜੇ ਬਾਕੀ 6 ਧਰਮ ਨੇ ਉਹ ਮਾਈਨੋਰਟੀ 'ਚ ਨੇ, ਇਸ ਲਈ ਅਸੀਂ ਉਹਨਾਂ ਨੂੰ ਸਿਟੀਜ਼ਨਸ਼ਿਪ ਦੇ ਰਹੇ ਹਾਂ। ਦੇਖਿਏ ਪਹਿਲੀ ਵਾਰ ਤਾਂ ਉਹਨਾਂ ਕੋ ਇਹ ਮੈਂ ਬਤਾਨਾ ਚਾਹੂੰਗੀ ਕਿ ਨਾ ਹੀ ਸਿਰਫ ਕਾਂਗਰਸ ਕੇ ਕੁਛ ਲੋਕ ਹੈ ਜੋ ਕਿ ਧਰਨਾ ਕਰ ਰਹੇ ਹੈ, ਦੇਸ਼ ਭਰ ਮੇ ਆਗ ਲੱਗ ਚੁੱਕੀ ਹੈ ਔਰ ਅਲੱਗ ਅਲੱਗ ਪਾਰਟੀ ਸੇ ਅਲੱਗ ਅਲੱਗ ਯੁਵਾ, ਜੋ ਯੁਵਾ ਕਿਸੇ ਵੀ ਪਾਰਟੀ ਸੇ ਸ਼ਾਇਦ ਨਹੀਂ ਤਾਲੁਕ ਰੱਖਤੇ ਹੋਂਗੇ, ਆਜ ਬਹੁਤ ਸਾਰੇ ਸਟੂਡੈਂਟਸ ਆਮ ਸਟੂਡੈਂਟਸ ਹੈ ਜੋ ਕਿ ਸ਼ਾਇਦ NSUI ਜਾਂ ਕਾਂਗਰਸ ਜਾਂ ਯੂਥ ਕਾਂਗਰਸ ਸੇ ਨਹੀਂ ਹੋਂਗੇ, ਉਹ ਸਭ ਇਕੱਠਾ ਹੋ ਕੇ ਆਏ ਹੈ, ਕਾਨੂੰਨ ਸਭ ਜਾਣਦੇ ਹੈ, ਆਪਣੇ ਰਾਈਟਸ ਕੋ ਔਰ ਆਪਣੇ ਜੋ ਹੱਕ ਹੈ ਸਭ ਜਾਣਦੇ ਹੈ ਔਰ ਮੈਨੂੰ ਨਹੀਂ ਲੱਗਦਾ ਐਸੇ ਕੋਈ ਇੱਕ ਪਾਰਟੀ ਕੋ ਕਿ ਮੁੱਦੇ ਕੋ ਲੇਕਰ ਕੇ ਆ ਗਿਆ ਹੈ, ਸਭ ਲੋਕ ਇੱਕ ਕੌਜ਼ ਕੇ ਲਈ ਆ ਗਏ ਹੈ। ਤੁਸੀਂ ਪ੍ਰੈਜ਼ੀਡੈਂਟ ਹੋ, ਤੁਸੀਂ ਵੀ NSUI ਦੇ ਵੀ, ਤੁਸੀਂ ਇਹ ਦੱਸੋ ਤੁਹਾਨੂੰ ਤੁਹਾਡੇ ਜਿਹੜੇ ਜਿੰਨੇ ਇੱਥੇ ਸਟੂਡੈਂਟ ਆਏ ਨੇ ਉਹਨਾਂ ਸਾਰਿਆਂ ਨੂੰ ਇਸ ਚੀਜ਼ ਬਾਰੇ ਪਤਾ ਹੈ, ਉਹ ਜਾਣਦੇ ਨੇ ਕਿ ਇਹ ਕਾਨੂੰਨ ਗਲਤ ਕਿਉਂ ਨੇ? ਬਿਲਕੁਲ, ਆਪ ਪੁੱਛ ਲੀਜੀਏ, ਅਰੇ ਅਗਰ ਕਿਸੇ ਕੋ ਮੁੱਦਾ ਨਹੀਂ ਮਾਲੂਮ ਹੋਗਾ ਤਾਂ ਕੋਈ ਕਿਉਂ ਆਏਗਾ? ਕਿਉਂਕਿ ਅਸੀਂ ਬਹੁਤ ਸਾਰੇ ਬੱਚੇ ਨਾਲ ਗੱਲ ਕੀਤੀ ਹੈ, ਬਹੁਤ ਸਾਰਿਆਂ ਨੂੰ ਇਹ ਗੱਲ ਪਤਾ ਹੀ ਨਹੀਂ ਕਿ ਉਹ ਪ੍ਰੋਟੈਸਟ 'ਚ ਕਿਉਂ ਆਏ ਹੋਏ ਨੇ, ਝੰਡੇ ਉਹਨਾਂ ਨੇ ਫੜੇ ਹੋਏ ਨੇ, ਪਰ ਪਤਾ ਨਹੀਂ ਉਹਨਾਂ ਨੂੰ ਕਿ ਚੀਜ਼ ਪ੍ਰੋਟੈਸਟ ਕੀਤੇ ਖਿਲਾਫ। ਇਹ ਬਾਤ ਤਾਂ ਮੈਨੂੰ ਨਹੀਂ ਲੱਗਦਾ, ਆਪ ਹਮਾਰੀ ਲਾਅ ਡਿਪਾਰਟਮੈਂਟ ਸੇ ਮੇਨ ਅਜ਼ੀਰ ਹੈ, ਇਸੀ ਵਜ੍ਹਾ ਸੇ ਹਮ ਐਸੇ ਡਿਸਕਸ਼ਨਸ ਵਗੈਰਾ ਵੀ ਰੱਖਦੇ ਕਿ ਅਗਰ ਕੁਛ ਲੋਗੋ ਕੋ ਨਾ ਵੀ ਪਤਾ ਹੋ ਤਾਂ ਉਹ ਪਤਾ ਲਗੇ ਇਹ ਕਿਤਨਾ ਜ਼ਿਆਦਾ ਗਲਤ ਹੈ। ਜਿਹੜੇ ਲੋਕ ਇੱਥੇ ਝੰਡੇ ਲੈ ਕੇ ਘੁੰਮ ਰਹੇ ਆ ਬੱਚੇ, ਉਹ ਸਟੂਡੈਂਟਸ ਨੇ ਜਿਹੜੇ ਤੁਹਾਡੇ ਨਾਲ ਪ੍ਰੋਟੈਸਟ ਵਿੱਚ ਸ਼ਾਮਲ ਨੇ, NSUI ਦੇ ਮੈਂਬਰ ਨੇ, ਉਹਨਾਂ ਨੂੰ ਨਹੀਂ ਪਤਾ? ਦੇਖੋ NSUI ਇਤਨੀ ਬੜੀ ਪਾਰਟੀ ਔਰ ਕਿਉਂਕਿ ਇਤਨੇ ਲੋਕ ਇਸਕੇ ਆਈਡੀਓਲੋਜੀ ਕੇ ਸਾਥ ਜੁੜੇ ਹੈ ਤੋ ਬਹੁਤ ਸਾਰੇ ਲੋਗੋ ਕੋ ਪਤਾ ਹੈ ਔਰ ਕੁਛ ਇੱਕ ਲੋਗ ਅਗਰ ਨਹੀਂ ਹੋਂਗੇ ਤੋ ਉਨਕੋ ਐਸੇ ਹੀ ਪ੍ਰੋਟੈਸਟ। ਕੋਈ ਗੱਲ ਨਹੀਂ, ਇੱਕ ਵੱਖਰਾ ਮੁੱਦਾ ਹੋ ਗਿਆ, ਤੁਸੀਂ ਇਹ ਦੱਸੋ ਕਿ ਜਿਹੜੇ ਪੰਜਾਬ ਯੂਨੀਵਰਸਿਟੀ ਸੇ ਇਸ ਲਈ ਇਸ ਰੈਲੀ ਕੋ ਲੇਕਰ ਕੇ ਜਾ ਰਹੇ ਹੈ ਕਿ ਅਗਰ ਕੁਛ ਇਸ ਤਰ੍ਹਾਂ ਕੇ ਲੋਗ ਹੈ ਜੋ ਨਹੀਂ ਇਤਨੇ ਜਾਗਰੂਕ ਜਿਨਕੋ ਨਹੀਂ ਵੀ ਮਾਲੂਮ ਹੋਗਾ ਉਨਕੋ ਆਜ ਹਮਾਰੇ ਇਸ ਪ੍ਰੋਟੈਸਟ ਕੇ ਮਾਧਿਅਮ ਸੇ ਔਰ ਜਾਗਰੂਕਤਾ ਬੜਾਣਾ ਹਮਾਰਾ ਹੀ ਇਹ ਕਾਮ ਹੈ ਔਰ ਇਸ ਲਈ ਹਮ ਯਹਾਂ ਇਸਕੋ PU ਸੇ ਲੇਕਰ ਕੇ ਜਾ ਰਹੇ ਹੈ। ਵਰਨਾ ਹਮ ਕੀ ਉਮੀਦ ਕਰਦੇ ਹੋ ਕਿ ਜਿਹੜੇ ਸਟੂਡੈਂਟਸ ਇਸ ਤਰੀਕੇ ਖੜੇ ਹੋ ਰਹੇ ਨੇ ਕੇਂਦਰ ਦੇ ਖਿਲਾਫ, ਕੇਂਦਰ ਤੇ ਕੋਈ ਦਬਾਅ ਬਣੇਗਾ ਜਿਹੜੇ ਕਾਨੂੰਨਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਗਵਰਨਮੈਂਟ ਇਹਨਾਂ ਨੂੰ ਵਾਪਸ ਲਏਗੀ? ਦੇਖੀਏ, ਡੈਮੋਕ੍ਰੇਸੀ ਕਾ ਮਤਲਬ ਹੋਤਾ ਹੈ ਵੀ ਦਾ ਪੀਪਲ ਹੈ ਨਾ, ਵੀ ਜੋ ਯਹਾਂ ਪੇ ਵੋ ਹਮ ਹੈ तो अगर हम प्रेशर बनाएंगे तो बिल्कुल से होगा। सबसे पहले क्या होता है, जुडिशियरी एटलीस्ट इस पे एक्शन ले। जुडिशियरी के पास 100 मोटो का होता है कि वो कोई भी किसी भी देश में अगर कोई अपने हमारे देश में अगर कोई इशू चल रहा है तो अपना एक्शन ले। तो जुडिशियरी सबसे पहले इसको देखे, इसके बाद बिल्कुल गवर्नमेंट पे भी सुप्रीम प्रेशर। सुप्रीम कोर्ट जी इन्हों के खिलाफ 145 पटिशन पाई हुई ने, सुप्रीम कोर्ट ने रोक लाने तो इनकार की है। सुप्रीम कोर्ट कह रहे हैं कि असं सारे का पक्ष सुना। सुप्रीम कोर्ट ने रोक लगाने के लिए इनकार नहीं किया, सुप्रीम कोर्ट ने अभी बोला हम देखते हैं। जो CGI का स्टेटमेंट था वो था कि हम अभी देखते हैं देश में क्या चल रहा है, वो डिले कर रहे हैं। तो बस बात ये कि अगर हमारी जो ब्रांच है कॉन्स्टिट्यूशन का, लेजिस्लेशन, एग्जीक्यूटिव और जुडिशियरी, अगर वो काम नहीं भी कर रही है तो क्या हम चुप रहेंगे? हम अपना काम तो करेंगे, हम अपने लोगों को तो जागरूक करेंगे कि ये चीज़ कितनी गलत है, क्योंकि जो संविधान है वो हमारे लिए है। तो फिर हम अपना यहाँ पे आज काम कर रहे हैं कि संविधान बचाने की काम कर रहे हैं। थैंक यू ਸਾਡੇ ਨਾਲ ਗੱਲਬਾਤ ਕਰਨ ਲਈ। ਸੋ ਹੋਰ ਬੱਚਿਆਂ ਨਾਲ ਇੱਥੇ ਗੱਲਬਾਤ ਕਰਨ ਦੀ ਕੋਸ਼ਿਸ਼ ਇੱਥੇ ਕਰਾਂਗੇ। ਪ੍ਰਦਰਸ਼ਨ ਜਿਹੜੀ ਹੈ ਸ਼ੁਰੂਆਤ ਜਿਹੜੀ ਇੱਥੇ ਹੋਣ ਜਾ ਰਹੀ ਹੈ, ਤੇ ਬ੍ਰੇਕ ਤੋਂ ਬਾਅਦ ਇੱਕ ਵਾਰੀ ਮੁੜ ਤੋਂ ਤੁਹਾਡਾ ਸਵਾਗਤ ਹੈ ਜੀ। ਪੰਜਾਬ ਬੋਲਦਾ ਦੇ ਵਿੱਚ ਅਸੀਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਇਸ ਵੇਲੇ ਮੌਜੂਦ ਹਾਂ ਤੇ ਅੱਜ ਜਿਹੜਾ ਹੈ NSUI ਦੇ ਵੱਲੋਂ ਇੱਥੇ CAA, NPR ਤੇ NRC ਦੇ ਖਿਲਾਫ ਜਿਹੜਾ ਹੈ ਵਿਦਿਆਰਥੀ ਇੱਥੇ ਇਕੱਠੇ ਹੋਏ ਹੋਏ ਨੇ, ਉਸ ਦੇ ਖਿਲਾਫ ਆਪਣਾ ਵਿਰੋਧ ਜ਼ਾਹਰ ਕਰਨ ਦੇ ਲਈ। ਦੇਸ਼ ਭਰ ਦੇ ਵਿੱਚ ਇਸ ਇਹਨਾਂ ਕਾਨੂੰਨਾਂ ਨੂੰ ਲੈ ਕੇ ਜਿੱਥੇ ਵੱਖ ਵੱਖ ਥਾਵਾਂ 'ਤੇ ਪ੍ਰਦਰਸ਼ਨ ਹੋ ਰਹੇ ਨੇ, ਉੱਥੇ ਹੀ ਵਿਦਿਆਰਥੀ ਜਥੇਬੰਦੀਆਂ ਵੀ ਖਾਸ ਤੌਰ ਦੇ ਉੱਤੇ ਆਪਣਾ ਵਿਰੋਧ ਜਿਹੜਾ ਹੈ ਇਹਨਾਂ ਕਾਨੂੰਨਾਂ ਦੇ ਖਿਲਾਫ ਦਰਜ ਕਰਵਾ ਰਹੀਆਂ ਨੇ। ਤੇ ਇਸ ਵੇਲੇ ਜਿਹੜੇ ਇੱਥੇ ਵਿਦਿਆਰਥੀ ਪਹੁੰਚੇ ਹੋਏ ਨੇ, ਬਹੁਤ ਸਾਰੇ ਵਿਦਿਆਰਥੀਆਂ ਨੇ ਕਾਲੀਆਂ ਪੱਟੀਆਂ ਜਿਹੜੀਆਂ ਨੇ ਉਹ ਬੰਨੀਆਂ ਹੋਈਆਂ ਨੇ, ਤੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਅਸੀਂ। ਕਿਉਂ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਤੇ ਜਿਹੜੇ ਕਾਨੂੰਨਾਂ ਦੇ ਖਿਲਾਫ ਪ੍ਰੋਟੈਸਟ ਹੈ ਉਹਦੇ ਤੁਹਾਡਾ ਵਿਰੋਧ ਕੀ ਹੈ?
नहीं, हमारा जो प्रोटेस्ट है वो फी हाइक के है, CAA जो सिटीजन अमेंडमेंट एक्ट है, और जो अनएम्प्लॉयमेंट है, GDP डिक्लाइन जो हो रही है, जब से मोदी 2014 से जब से आए हैं इस सत्ता में, इनको जो राजनीति जो मेन मुद्दे हैं उन पे ये बिल्कुल काम नहीं कर रहे हैं। मुद्दों को बिल्कुल डाइवर्ट करके एक रिलीजन को अटैक करके, जैसे मुसलमानों को इस जो एक्ट है इससे बाहर रख के बाकी सबको शामिल किया है, तो ये हम उसी का विरोध कर रहे हैं यहाँ पर कि क्यों JNU में, AMU में, जामिया मिलिया में किसकी मतलब सपोर्ट में ABP या जो दिल्ली पुलिस बच्चों को जाके लाइब्रेरी में मार रही है, अंदर जो हाल कर रहे हैं JNU में जो किया है उसी के खिलाफ हम यहाँ विरोध कर रहे हैं। कानून के खिलाफ ही प्रोटेस्ट हो रहे हैं इस वेल NSUI का, उन्होंने लैके जिस तरीके के हो जिन्हें भी प्रोटेस्ट ने, BJP के लीडर ये कह रहे हैं कि असल नौजवानों सही जानकारी नहीं है, तो खास तौर पर कांग्रेस वर्गिया जो पार्टियां ने वह गलत भरम फैला रही ने कि कानून धर्म के आधार पर वितकरा कर। नहीं नहीं, ऐसा कुछ भी नहीं है। जो अगर आर्टिकल 14 है, 15 और 19 उसका वॉयलेशन है ये, क्योंकि हमारा जो कॉन्स्टिट्यूशन है उसमें बताया गया है कि धर्म के आधार पर किसी भी नागरिक की जो नागरिकता है वो उसमें नहीं लाई जाएगी। अब क्यों फिर मुसलमान ने कि असी तो अपने देश के किसी नागरिक की नागरिकता नहीं खो रहे, असी तो जो बाहरले देश तो साडे लोकल लोग आ रहे हैं। देखो, इसमें सबको डॉक्यूमेंट अपने प्रोवाइड करने, हिंदू मुसलमान सिख ईसाई को सबको, फिर हाँ सिर्फ मुसलमानों को उसके बाद डिटेंशन कैंप में भेजा जाएगा, ये असलियत है इस अमेंडमेंट एक्ट की। ठीक है, कह रहे हो कि सिर्फ मुसलमानों को टारगेट किया जाएगा, मुसलमानों को टारगेट किया फिर क्यों बाहर रखा है? श्रीलंका में होता है हिंदुओं के साथ, जो तमिल हिंदू हैं वहाँ पर उनके साथ, जो माइनॉरिटी है वहाँ पर उनके साथ होता है, पाकिस्तान में जो अहमदी ग्रुप हैं बहुत सारे हैं, आपके नेपाल में हैं, आपके भूटान में हैं, तो फिर वहाँ की माइनॉरिटी क्यों नहीं इसमें एक्ट में लाई गई? सिर्फ मुसलमानों को क्यों? बांग्लादेश, अफगानिस्तान और पाकिस्तान के मुसलमानों को जो आए हुए हैं, हम मानते हैं अगर बर्मा के यहाँ पर आए हैं उनको निकाल दो बाहर, पर ऐसा नहीं है कि जो यहाँ के हमने टू नेशन थ्योरी जो थी जिन्ना की, वो हमने रिजेक्ट करके कि हम मतलब मुसलमान अलग रहते हैं और हिंदू अलग रहेंगे, हम उस थ्योरी में नहीं गए। हम अपने भारत के साथ रहें, यहाँ पर हमारी शहादतें हुई हैं। इस जो आज हमसे डॉक्यूमेंट मांग रहे हैं उनसे आप जाके ज़रा पूछो वो कहाँ से आए, ये RSS BJP कहाँ से आई है? ये तो अंग्रेजों का साथ देते थे, अंग्रेजों के दलाल थे जिन्होंने अंग्रेजों के साथ आजादी में काम किया है। ठीक है, ठीक है। और बड़े नौजवान इतने मौजूद ने, उन्होंने भी गलबात करने की कोशिश करांगे, जो इतने प्रोटेस्ट के पुजे हुए ने, झंडे ने हत्थां दे विच, भारत के झंडे उन्होंने चुके हुए ने, ते ओ अपना विरोध जाहर कर रहे ने। की नाम है तुहाडा? अभिनव। अभिनव, तुसीं दसो क्यों प्रोटेस्ट कर रहे हो इन्हां कानूनां दे खिलाफ, ते ये कानून जिहड़े ने देश दे खिलाफ किवें ने? देखिए, ये जो कानून है, हमारा जो देश है, हमारा जो संविधान का जो पहला पन्ना है प्रीएम्बल, उसमें लिखा हुआ है कि भारत एक सेक्युलर देश है। तो ये जो इस तरीके के जो कानून आते हैं, वो जो एक टैग है सेक्युलर का हमारे देश को, उसको ठेस पहुंचाते हैं। तो इसलिए ये वक्त है कि युवा इसके खिलाफ आवाज़ उठाएं और बुलंद करें अपनी आवाज़ को ऐसे कानूनों की तरफ जो एक सेक्युलर कंट्री का जो टैग है उसको, जो उस पे धब्बा लगाते हैं। सरकार ये कह रही है कि इहदे नाल साडे देश की सैकुलर जिहड़ी इमेज है उहनूं कोई ढा नहीं लगेगी। एक कानून है जिहदे जरिए असीं, क्योंकि जिन्हां मुल्कां दे लोक असीं लैके आउणे ने वो घट गिणती दे विच ने, उहनां मुल्कां दे विच उहनां नूं उत्थे तंग परेशान किया जांदा है, पर क्योंकि मुसलमान उहनां मुल्कां दे विच बहुत गिणती च ने, वो ऑलरेडी मेजोरिटी दे विच ने उत्थे, इसलिए असीं उहनां नूं इस विच बाहर रखिआ। नहीं नहीं, देखिए पहली बात तो यह है कि सरकार को अपनी क्रोनोलॉजी, उसमें अपनी क्रोनोलॉजी साफ नहीं है सरकार को। गृह मंत्री कुछ और बात बोलते हैं, प्रधानमंत्री कुछ और बात बोलते हैं, वो कहते हैं इस मुद्दे में बात नहीं हुई, गृह मंत्री प्रेस कॉन्फ्रेंस में क्रोनोलॉजी समझाते हैं, तो उसमें सरकार का जो मुद्दा है वही स्पष्ट नहीं है। तो इसमें बेसिकली बात यह है कि जो हमारा देश है वो सेक्युलर देश है, और यहाँ पर बात सिर्फ, आप देखिए, सिर्फ सिटीजनशिप देने की यहाँ पर बात नहीं है। जैसे डीमोनेटाइजेशन में एक काले धन का लॉलीपॉप देके लोगों को, गरीब लोगों को लाइन में खड़ा कर दिया गया था, इसमें ऐसे दोबारा ये पहले काले धन का था, अब सिटीजनशिप का लॉलीपॉप देके लोगों को लाइन में खड़ा कर देंगे, गरीब लोगों को, और जो देश के जो असली मुद्दे हैं, जो अनएम्प्लॉयमेंट है, जो इकोनॉमी, जो इतना बुरा हाल हो गया इकोनॉमी का, उन मुद्दों में कोई बात नहीं करेगा। तो ये ध्यान भटकाने के लिए लोगों का करा जा रहा है। की कहना चाहूंगा जी, क्यों तुम्हारे वालों प्रोटेस्ट किया जा रहा है, तो जो कानून के खिलाफ तुम प्रोटेस्ट कर रहे हो वो देश के खिलाफ खतरनाक किवें ने? खतरनाक है, सेकुलरिज्म के खिलाफ है जी, बिल्कुल। देश जिहड़ा सारे धर्मां दा आ, पर ये मुस्लिम धर्म, मुस्लिम वर्ग नूं जिहड़ा आ उन पिछा करना चाहते हैं, तो उन्होंने उत्ते पावरफुल होना चाहते हैं जी। पर BJP लगातार ये कह रही है कि कांग्रेस वर्गिया जिहड़ियां पार्टियां ने वो जानबूझ के लोगों से भरम पैदा कर रही ने, यह धर्म के आधार पर वितकरा नहीं करता। जिहड़े तीन देशों का जिक्र होया है उन्होंने मुसलमान पहला तो मेजोरिटी ने, तो जिन्हें छह धर्मों असं लैके आ रहे हैं वह माइनोरिटी ने, उत्थे परेशान ने, इसलिए असं नागरिकता देवे। नहीं परेशान नहीं जी, जो सर्वे आया वो 19 लाख सर्वे जो 19 लाख लोग जो माइग्रेंट से, जिन्हों में 15 लाख लोग जोड़े वो हिंदू से, तो 4 लाख जोड़े वो मुसलमान से, तो यह हिंदू जोड़ा उन्होंने 15 लाख देश के लाया जा रहा है, जिदे करके साडे लिए अनएम्प्लॉयमेंट आऊगी इंडिया के, दूजे वर्गों लिया के दूजे नपना चाहते हैं जी।
अच्छा, एक इल्जाम बीजेपी के उत्ते बार बार ही लाया जा रहा है कि धर्म के आधार के उत्ते जी है सारा कुछ किया जा रहा है, थोड़ा लगता है कि यही एजेंडा है बीजेपी का कि धर्म के आधार से देश में वंडिया जाए? ਇਹ ਸ਼ੁਰੂ ਤੋਂ ਹੀ ਇਹਨਾਂ ਦੀ ਨੀਤੀ ਰਹੀ ਆ ਜੀ ਬੀਜੇਪੀ ਦੀ ਕਿ ਧਰਮ ਦੇ ਆਧਾਰ 'ਤੇ ਹਿੰਦੂਵਾਦ ਨੂੰ ਅੱਗੇ ਲਿਆ ਕੇ ਬਾਕੀ ਧਰਮਾਂ ਨੂੰ ਮਿਨੋਰਟੀ ਜਿਹੜੀ ਉਹਨੂੰ ਡਿਪਰੈਸ ਕਰਕੇ ਅਤੇ ਇਹ ਸਿੱਖਇਜ਼ਮ ਨੂੰ ਵੀ ਕਾਊਂਟ ਨਹੀਂ ਕਰਦੇ, ਹਰੇਕ ਹੌਲੀ ਹੌਲੀ ਇਹ ਸਾਰੇ ਧਰਮਾਂ ਦੇ ਉੱਤੇ ਜਿਹੜਾ ਕਾਬੂ ਪਾਉਣਾ ਚਾਹੁੰਦੇ ਨੇ। ਅਜੇ ਤਾਂ ਮੁਸਲਮਾਨਾਂ ਦੇ ਵਾਰ ਹੋਇਆ, ਇਹ ਤੋਂ ਬਾਅਦ ਇਹ ਦੂਜੇ ਧਰਮਾਂ 'ਤੇ ਵੀ ਵਾਰ ਕਰਨਗੇ। ਅਤੇ ਹੋਰ ਕੁਝ ਨੌਜਵਾਨਾਂ ਨਾਲ ਗੱਲਬਾਤ ਕਰਨ ਦੀ ਇੱਥੇ ਕੋਸ਼ਿਸ਼ ਕਰ ਰਹੇ ਹਾਂ ਜੀ, ਜਿਨ੍ਹਾਂ ਨੇ ਝੰਡੇ ਫੜੇ ਹੋਏ ਹੱਥਾਂ ਦੇ ਵਿੱਚ। ਭਾਈ ਕਿਸ ਚੀਜ਼ ਦੇ ਖਿਲਾਫ ਪ੍ਰੋਟੈਸਟ ਕਰਨ ਆਏ ਹੋ? CAA ਔਰ NRC ਦੇ ਖਿਲਾਫ ਪ੍ਰੋਟੈਸਟ ਕਰਨ ਆਏ ਹਾਂ। ਕਿਉਂ ਕਰ ਰਹੇ ਹੋ ਉਹਨਾਂ ਦੇ ਖਿਲਾਫ? ਤੁਹਾਨੂੰ ਕੀ ਪ੍ਰੋਬਲਮ ਲੱਗਦੀ ਇਹਨਾਂ 'ਚ? ਪ੍ਰੋਬਲਮ ਇਸਮੇ ਇੱਕ ਪ੍ਰੋਬਲਮ ਹੋ ਤੋ ਦੇਖਾ ਜਾਏ, ਪ੍ਰੋਬਲਮ ਹੀ ਪ੍ਰੋਬਲਮ ਹੈ। ਇੱਕ ਤੋਂ ਸਭ ਸੇ ਪਹਿਲੇ ਇਹ ਹਮਾਰੇ ਸੰਵਿਧਾਨ ਕੇ ਖਿਲਾਫ ਹੈ, ਔਰ ਦੂਸਰੀ ਬਾਤ ਬਤਾਊਂ, ਇਹ ਹਮਲੇ ਹਮ ਲੋਗੋਂ ਨੇ ਬਣਾ ਰੱਖਾ ਹੈ ਕਿ ਭਈ ਇਹ ਪਰਟੀਕੁਲਰ ਇੱਕ ਧਰਮ ਕੇ ਖਿਲਾਫ ਹੈ, ਮੁਸਲਮਾਨੋਂ ਕੇ ਖਿਲਾਫ ਹੈ, ਲੇਕਿਨ ਐਸਾ ਨਹੀਂ ਹੈ, ਇਹ ਉਨਕੇ ਖਿਲਾਫ ਹੈ, ਬਾਕੀ ਹਮ ਸਭ ਕੇ ਖਿਲਾਫ ਹੈ। ਅਬ ਮਾਨ ਲਓ ਜਹਾਂ ਪੇ ਰਜਿਸਟ੍ਰੇਸ਼ਨ ਮੇ ਅਗਰ ਕੋਈ ਗਰੀਬ, ਅਬ ਇਹ ਲਗਾ ਲੀਜੀਏ ਬਿਹਾਰ ਮੇ ਇਤਨੀ ਬਾੜ ਆਤੀ ਹੈ, ਦਿਨ ਪੇ ਦਿਨ ਇਤਨਾ ਜਲ ਸੈਲਾਬ ਹੋਤਾ ਹੈ, ਵਹਾਂ ਕੈਸੇ ਕੋਈ ਗਰੀਬ ਆਦਮੀ ਆਪਣੇ ਡਾਕੂਮੈਂਟ ਸੰਭਾਲ ਕੇ ਰੱਖ ਪਾਏਗਾ। ਅਬ ਤੁਸੀਂ NSU ਦੇ ਵੱਲੋਂ ਪ੍ਰੋਟੈਸਟ 'ਚ ਆਏ ਹੋ, ਪਰ ਬੀਜੇਪੀ ਦਾ ਇੱਕ ਇਲਜ਼ਾਮ ਇਹ ਵੀ ਹੈ ਕਿ ਇਹ ਜਿਹੜੀ ਸਾਰੀ ਪ੍ਰਕਿਰਿਆ ਸੀ NRC ਦਾ ਜਾਂ NPR ਦਾ ਸਿਸਟਮ ਹੈ, ਇਹ ਕਾਂਗਰਸ ਦੇ ਟਾਈਮ ਤੋਂ ਸ਼ੁਰੂ ਹੋਇਆ ਪਿਆ ਹੈ। 2011 ਦੇ ਸੈਂਸਸ ਦੇ ਵਿੱਚ ਲਿਖਿਆ ਹੋਇਆ ਹੈ ਕਿ NPR ਕੀਤਾ ਜਾਏਗਾ, ਉਹ ਕਹਿ ਰਹੇ ਕਿ ਹੁਣ ਕਾਂਗਰਸ ਜਿਹੜੀ ਹੈ ਇਹਦੇ ਖਿਲਾਫ ਭਰਮ ਫੈਲਾ ਰਹੀ ਹੈ। ਹਾਂ, ਅਬ ਉਸਕੀ ਬਾਤ ਕਰਤੇ ਹੈ, ਲੇਕਿਨ ਹਾਂ ਮੈਂ ਮਾਨਤਾ ਹੂੰ ਕਿ ਕਾਂਗਰਸ ਕੇ ਟਾਈਮ ਸੇ ਇਹ ਚੀਜ਼ ਹਮ ਲਾਗੂ ਕਰਨੇ ਕੇ ਲੀਏ ਥੇ, ਕਿਉਂਕਿ ਵੋ ਹਮਾਰੇ ਦੇਸ਼ਵਾਸੀਓ ਕੋ ਔਰ ਅਪੋਰਚੁਨਿਟੀਜ਼ ਦੇ, ਲੇਕਿਨ ਇਹਨਾਂ ਨੇ ਕਿਆ ਕਰਾ ਹੈ, ਇੱਕ ਪਰਟੀਕੁਲਰ ਕਮਿਊਨਿਟੀ ਕੋ ਹਟਾ ਕੇ ਉਸ ਬੇਸਿਸ ਪੇ ਰਜਿਸਟਰ ਮਤਲਬ ਉਸ ਬੇਸਿਸ ਪੇ ਸਿਟੀਜ਼ਨਸ਼ਿਪ ਦੇਣੇ ਕੇ ਲੀਏ ਬੋਲ ਰਹੇ ਹੈ, ਲੇਕਿਨ ਇੱਕ ਪਰਟੀਕੁਲਰ ਕਮਿਊਨਿਟੀ ਕੋ ਤੋ ਇਹ ਸਾਈਡਲਾਈਨ ਕਰਦੇ ਰਹੇ। ये धर्म के मतलब आपसी लोगों में धर्म के बेसिस पे डिस्क्रिमिनेशन कर रहे हैं, आपस में लड़वाने की कोशिश कर रहे हैं, सीधी सीधी साफ तौर पे बोलें तो ये लोग आपस में लड़वाने की कोशिश कर रहे हैं। नहीं, पर जे इस तरीके दी ए चीज माड़ी सी ता फिर कांग्रेस इस चीज नू कांग्रेस नू नहीं लेना चाहिए सी, ये बंद होनी चाहिए शुरू तो ही। नहीं, कांग्रेस जो ला रही थी उसके अलग तरीके से ला रही थी। अब जिस तरीके से मेन प्रॉब्लम इम्प्लीमेंटेशन पे भी है कि जिस तरीके से इन्होंने इम्प्लीमेंट करा है देश में, वो भी एक बहुत बड़ी प्रॉब्लम है, इम्प्लीमेंटेशन में भी प्रॉब्लम है। ठीक है, सही तरीके से लागू नहीं कर रहे। कुछ होर नौजवानों नाल गल करते हैं, तुसीं इत्थे पहुंचे हो प्रोटेस्ट च आए हो, तुसीं सुखा दे बारे प्रोटेस्ट हो रहा है? CAA के अगेंस्ट। अच्छा, की तुसीं क्यों प्रोटेस्ट कर रहे हो इसके खिलाफ? सर, ये सारी बात ये है, कॉन्स्टिट्यूशन चेंज करने वाली बात है। कॉन्स्टिट्यूशन जिसके ऊपर हम लोग मतलब हमें यही पढ़ाया था शुरू से स्कूल में, या फिर हम कॉलेज में आए डिग्री में भी, कि वी द पीपल ऑफ इंडिया, द सेकुलर स्टेट इंडिया, सेकुलर कंट्री है, और उसकी सेकुलरिज्म को अगर कोई भंग कर रहा है तो इसके लिए हम अगेंस्ट आए हुए हैं। कादे बारे प्रोटेस्ट कर रहे हैं? CAA खिलाफ कर रहे हैं प्रोटेस्ट। क्यों कर रहे हो? तुहानू की लगता है कि गलत की है इहदे च? गलती है सर, कोई सही की है इहदे च? जिहड़े कि अजकल देश दे मुद्दे है जी, इकोनॉमिक वल ध्यान नहीं जी, इहदे च ਕੀ ਲੋੜ ਹੈ ਜੀ ਇਹੋ ਜਿਹੇ ਮੁੱਦੇ ਚੱਕਣ ਦੀ? CAA ਦੇ ਖਿਲਾਫ ਕਦੇ 370 ਤੇ ਲਾ ਦਿਓ, ਕਦੇ CAA ਦੇ ਖਿਲਾਫ ਲਾ ਦਿਓ, ਇਸ ਚੀਜ਼ ਦੀ ਜ਼ਰੂਰਤ ਹੈ ਪਹਿਲਾਂ ਇੰਡੀਆ ਦੀ? ਫਿਰ ਇਸ ਤਰੀਕੇ ਤਾਂ ਕਾਂਗਰਸ ਦਾ ਜਿਹੜਾ ਵਿਦਿਆਰਥੀ ਵਿੰਗ ਹੈ NSUI, ਉਹ ਵੀ ਉਹਨੂੰ ਹੱਲਾਸ਼ੇਰੀ ਦੇ ਰਿਹਾ, ਤੁਸੀਂ ਵੀ ਇਕਨੋਮੀ ਦੇ ਖਿਲਾਫ ਪ੍ਰੋਟੈਸਟ ਕਰ ਸਕਦੇ ਸੀ? ਆਪਾਂ ਕਰ ਰਹੇ ਖਿਲਾਫ ਪ੍ਰੋਟੈਸਟ, ਪਹਿਲਾਂ ਦੇਖੋ ਜੀ, ਪਹਿਲਾਂ ਇੰਡੀਆ ਦੀ ਦੂਜਾ ਵਰਲਡ ਲੈਵਲ 'ਤੇ ਗੱਲ ਹੁੰਦੀ ਸੀ ਵੀ ਇਕਨੋਮਿਕ ਗਰੋਥ ਬਾਰੇ, ਵੀ ਚਾਈਨਾ ਦੇ ਨਾਲ ਲੈ ਕੇ ਚੱਲ ਰਹੇ। ਅੱਜ ਕੱਲ੍ਹ ਬਾਹਰ ਦੇ ਮੁਲਕਾਂ 'ਚ ਗੱਲ ਹੁੰਦੀ ਹੈ ਵੀ ਇੰਡੀਆ 'ਚ ਦੰਗੇ ਹੋ ਰਹੇ ਆ, 370 ਹਟਾ ਰਹੀ ਹੈ, ਬਸ ਇੰਡੀਆ ਬਸ ਇਹਨਾਂ ਉਲਝਣਾਂ 'ਚ ਕਰਕੇ ਫਸ ਰਿਹਾ ਗਿਆ। ਨੌਜਵਾਨਾਂ ਵੱਲ ਧਿਆਨ ਨਹੀਂ? ਨੌਜਵਾਨ ਬਿਲਕੁਲ ਧਿਆਨ ਨਹੀਂ, ਬੇਰੁਜ਼ਗਾਰ ਕਿੰਨੇ ਅਤੇ ਮਹਿੰਗਾਈ ਕਿੰਨੇ, ਤਾਂ ਤੁਹਾਨੂੰ ਆਪ ਨੂੰ ਪਤਾ ਜੀ, ਅੱਜ ਕੱਲ੍ਹ ਵੀ ਮੇਨ ਮੁੱਦਿਆਂ ਤੋਂ ਹਟਾਉਣ ਦੀ ਜ਼ਰੂਰਤ। ਅਤੇ ਇਸ ਵੇਲੇ ਮੁਜ਼ਾਹਰਾ ਜਿਹੜਾ ਇੱਥੇ ਸ਼ੁਰੂ ਹੋ ਚੁੱਕਿਆ ਜੀ, ਇੱਥੋਂ ਦੀ ਜਿਹੜੀ ਹੈ ਇਹ NSU ਦੇ ਵੱਲੋਂ ਸ਼ੁਰੂਆਤ ਦੀ ਕਰ ਦਿੱਤੀ ਗਈ ਆਪਣੇ ਪ੍ਰਦਰਸ਼ਨ ਦੀ, ਅੱਗੇ ਜਾ ਕੇ ਚੱਲਦੇ ਹਾਂ ਅਤੇ ਹੋਰ ਆਗੂ ਜਿਹੜੇ ਨੇ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਅਤੇ ਵੀ ਪੁੱਛਾਂਗੇ ਕਿ ਬਹੁਤ ਸਾਰੇ ਬੱਚੇ ਅਜਿਹੇ ਸ਼ਾਮਿਲ ਨੇ ਝੰਡੇ ਫੜੇ ਉਹਨੇ ਹੱਥਾਂ ਦੇ ਵਿੱਚ, ਪਰ ਜਾਣਕਾਰੀ ਨਹੀਂ ਹੈ ਕਿ ਕਿਸ ਚੀਜ਼ ਦੇ ਬਾਰੇ ਪ੍ਰੋਟੈਸਟ ਕਰ ਰਹੇ ਹਨ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਚੰਡੀਗੜ੍ਹ ਦੇ ਵਿੱਚ NSUI ਦੇ ਵੱਲੋਂ ਅੱਜ ਕੌਮੀ ਨਾਗਰਿਕਤਾ ਕਾਨੂੰਨ ਅਤੇ ਇਸ ਤੋਂ ਇਲਾਵਾ NRC ਅਤੇ NPR ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਲਗਾਤਾਰ ਇਸ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਸਾਡੇ ਨਾਲ ਕੁਝ ਨੌਜਵਾਨ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਅਸੀਂ ਲਗਾਤਾਰ ਕਰ ਰਹੇ ਹਾਂ ਅਤੇ ਜਾਣ ਰਹੇ ਹਾਂ ਕਿ ਆਖਿਰ ਇਸ ਪ੍ਰਦਰਸ਼ਨ ਦੇ ਪਿੱਛੇ ਵਜ੍ਹਾ ਕੀ ਹੈ, ਕੀ ਉਹ ਚਾਹੁੰਦੇ ਨੇ? ਭਾਅ ਜੀ ਕੀ ਨਾਂ ਤੁਹਾਡਾ? ਹਰਕੀਰਤ ਸਿੰਘ ਜੀ। ਹਰਕੀਰਤ, ਕੀ ਵਜ੍ਹਾ ਹੈ NRC ਅਤੇ NPR ਤੋਂ ਇਲਾਵਾ ਜਿਹੜਾ ਤੁਸੀਂ CAA ਦੇ ਖਿਲਾਫ ਇਹ ਪ੍ਰੋਟੈਸਟ ਕਰ ਰਹੇ ਹੋ, NSU ਪ੍ਰੋਟੈਸਟ ਕਰ ਰਹੀ ਹੈ, ਇਹਦੇ ਵਜ੍ਹਾ ਕੀ ਹੈ, ਕੀ ਤੁਹਾਨੂੰ ਲੱਗਦਾ ਕਿ ਨਹੀਂ ਲਾਗੂ ਹੋਣੇ ਚਾਹੀਦੇ? ਬਿਲਕੁਲ ਜੀ, ਇਹ ਲਾਗੂ ਹੋਣ ਦਾ ਕੋਈ ਮਤਲਬ ਹੀ ਨਹੀਂ ਬਣਦਾ। ਅਸੀਂ ਪਹਿਲਾਂ ਵੀ ਇੰਟਰਵਿਊਆਂ ਕੀਤੀਆਂ ਨੇ ਉੱਥੇ ਸਟੂਡੈਂਟ ਸੈਂਟਰ 'ਤੇ, ਅੱਜ ਅਸੀਂ ਮੋਰਚਾ ਕੱਢਣ ਲੱਗੇ ਹਾਂ NSU ਪੂਰੀ ਟੀਮ ਵੱਲੋਂ। ਸਾਰੇ ਸਟੂਡੈਂਟ ਖੜ੍ਹੇ ਨੇ ਇੱਥੇ, ਜਿਹੜੇ ਯੂਨੀਵਰਸਿਟੀ ਦੇ ਬੋਨਾਫਾਈਡ ਸਟੂਡੈਂਟ ਨੇ ਉਹ ਕੱਢ ਰਹੇ ਨੇ। ਇਹਦਾ ਮੇਨ ਮਕਸਦ ਤਾਂ ਆਈ ਹੈ ਵੀ ਇਹ ਰੂਲਸ ਤਾਂ ਸਾਰੇ ਦੇਸ਼ ਦਾ ਤੁਸੀਂ ਦੇਖ ਰਹੇ ਹੋ, ਸਾਰੇ ਦੇਸ਼ 'ਚ ਇਹਦੇ ਖਿਲਾਫ ਹੋ ਰਹੇ ਆ, ਅਤੇ ਸਭ ਤੋਂ ਵੱਡਾ ਨੁਕਸਾਨ ਆਈ ਹੈ ਜੀ NRC 'ਚ, ਜਿਹੜਾ ਵੀ ਇਹ ਕਰ ਰਹੇ ਨੇ ਵੀ ਤੁਹਾਨੂੰ ਪਰੂਫ ਦੇਣੇ ਪੈਣਗੇ CAA ਦਾ, ਵੀ ਤੁਹਾਨੂੰ ਪਰੂਫ ਦੇਣਾ ਪਵੇਗਾ। ਜਦੋਂ ਆਪਾਂ ਵੋਟਾਂ ਪਾਉਂਦੇ ਹਾਂ ਜੀ, ਇਲੈਕਸ਼ਨ ਹੁੰਦੀਆਂ ਨੇ, ਉਹੀ ਬੰਦੇ ਵੋਟਾਂ ਪਾਉਂਦੇ ਨੇ ਜਿਹੜੇ
ਇੱਥੇ ਨਾਗਰਿਕ ਨੇ ਅਤੇ ਹੁਣ ਨਾਗਰਿਕਤਾ ਦਾ ਪਰੂਫ ਦੇਣ ਦਾ ਕੋਈ ਮਤਲਬ ਹੀ ਨਹੀਂ ਬਣਦਾ, ਜਾਂ ਤਾਂ ਫਿਰ ਉਹ ਵੋਟਾਂ ਜਿਹੜੀਆਂ ਪਾਈਆਂ ਨੇ ਉਹਨਾਂ ਦਾ ਵੀ ਫਿਰ ਕੱਟ, ਜਿਹੜੇ ਬੰਦੇ ਨਾਗਰਿਕ ਨੇ ਉਹਨਾਂ ਦਾ ਕੱਟ ਕੇ ਫਿਰ ਦੇਖੇ ਦੁਆਰਾ ਇਲੈਕਸ਼ਨ ਹੋਣੇ ਚਾਹੀਦੇ ਨੇ। ਮਤਲਬ ਇਹ ਜਿਹੜਾ ਕੇਂਦਰ ਸਰਕਾਰ ਇਹ ਕਹਿ ਰਹੀ ਹੈ ਕਿ ਜਿਹੜੇ ਗੁਆਂਢੀ ਮੁਲਕ ਨੇ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਘੁਸਪੈਠੀਏ ਸਾਡੇ ਦੇਸ਼ ਦੇ ਵਿੱਚ ਸ਼ਾਮਲ ਹੋ ਗਏ ਨੇ, ਉਹਨਾਂ ਨੂੰ ਅਸੀਂ ਬਾਹਰ ਕੱਢਣਾ ਚਾਹੁੰਦੇ ਹਾਂ, ਇਸ ਲਈ NRC ਜ਼ਰੂਰੀ ਹੈ। ਜਿੱਥੋਂ ਤੱਕ CAA ਦਾ ਗੱਲ ਹੈ, ਉਹ ਕਰਨੇ ਕਿ ਇਹ ਅਸੀਂ ਸਿਰਫ ਉਹਨਾਂ ਲੋਕਾਂ ਨੂੰ ਨਾਗਰਿਕਤਾ ਦੇਵਾਂਗੇ ਜਿਹੜੇ ਆ 3 ਮੁਲਕਾਂ ਦੇ ਵਿੱਚ ਲੋਕ ਧਰਮ ਦੇ ਆਧਾਰ ਦੇ ਉੱਤੇ ਜਿਨ੍ਹਾਂ ਨਾਲ ਵਿਤਕਰਾ ਕੀਤਾ ਜਾਂਦਾ ਹੈ, ਪਰ ਮੁਸਲਮਾਨਾਂ ਨੂੰ ਅਸੀਂ ਬਾਹਰ ਰੱਖਾਂਗੇ। ਨਹੀਂ ਜੀ, ਕੇਂਦਰ ਸਰਕਾਰ ਤਾਂ ਆਪਣੀ ਸਫਾਈ ਰੱਖੂਗੀ, ਇਹ ਤਾਂ ਓਬਵੀਅਸਲੀ ਗੱਲ ਹੈ, ਜਿਹੜਾ ਬੰਦਾ ਰੂਲ ਬਣਾਊਗਾ ਉਹ ਤਾਂ ਇੱਕ ਸਫਾਈ ਦਊਗਾ, ਪਰ ਸਾਨੂੰ ਇਹ ਗੱਲ ਦਾ ਤਾਂ ਪਤਾ ਵੀ ਮਨਿਓਰਟੀਆਂ ਲਗਾਤਾਰ ਹਿੰਦੂ ਦੇ ਉੱਤੇ ਤਾਂ ਤੁਹਾਨੂੰ ਪਤਾ ਹੀ ਹੈ ਜੀ, ਜਿਹੜਾ ਇਹਨਾਂ ਦਾ ਏਜੰਡਾ RSS ਅਤੇ BJP ਦਾ ਵੀ ਇੱਕ ਧਰਮ ਨੂੰ ਦੇਣਾ, ਵਨ ਨੇਸ਼ਨ ਬਣਾਉਣੀ, ਉਹਨਾਂ ਨੇ ਪਹਿਲਾਂ ਹੀ ਕਿਹਾ ਸੀ ਵਨ ਨੇਸ਼ਨ ਵਨ ਰੂਲ ਦਾ, ਇਹ ਕੋਈ ਮਤਲਬ ਹੀ ਨਹੀਂ ਬਣਦਾ ਵੀ ਮਨਿਓਰਟੀ, ਸਾਨੂੰ ਵੀ ਪਤਾ ਜੀ ਸਾਡਾ ਧਰਮ ਵੀ ਅਸੀਂ ਪੱਗਾਂ ਬੰਨਦੇ, ਸਰਦਾਰ ਸਾਡੀ ਵੀ ਮਨਿਓਰਟੀ ਆ, ਇਹ ਕੱਲ੍ਹ ਇਹ ਗੱਲ 'ਤੇ ਵੀ ਆ ਸਕਦੇ ਨੇ ਵੀ ਆਪਣਾ ਸਬੂਤ ਦਿਓ, ਸਬੂਤ ਦੇਣਾ ਤਾਂ ਕੋਈ ਚੀਜ਼ ਦਾ ਹੱਲੇ ਨਹੀਂ ਹੈ ਜੀ, ਕੋਈ ਘੁਸਪੈਠੀਏ ਤਾਂ ਹੁਣ UP ਦੀਆਂ ਕਈ ਸਟੇਟਾਂ ਸਾਰੀਆਂ ਮੁਸਲਿਮ ਸਟੇਟਾਂ ਹੀ ਨੇ ਜੀ, ਸਿਰੇ ਤੋਂ ਸਿਰੇ ਤੱਕ ਮੁਸਲਿਮ ਸ਼ਹਿਰ ਨੇ, UP ਦੇ ਕਈ ਸ਼ਹਿਰ ਮੁਸਲਿਮ ਸ਼ਹਿਰ ਨੇ, ਅਤੇ ਉਹ ਵੀ ਇਹਦਾ ਕੋਈ, ਅਸੀਂ ਇਹਦੇ ਖਿਲਾਫ਼ ਹੀ ਆ ਜੀ, ਤੁਹਾਨੂੰ ਵੀ ਪਤਾ ਸਾਰੇ ਦੇਸ਼ 'ਚ ਧਰਨੇ ਵਜਾਰੇ ਇਸ ਰੂਲ ਦੇ ਖਿਲਾਫ਼ ਹੋ ਰਹੇ ਨੇ ਅਤੇ ਲਾਗੂ ਹੋਣ ਵੀ ਨਹੀਂ ਦੇਣਾ, ਅਤੇ ਜਿੰਨੀ ਮੈਨੂੰ ਲੱਗਦਾ ਜੀ ਲੋਕਤੰਤਰ ਲਈ ਖਤਰਨਾਕ ਹੋਊਗਾ। ਬਿਲਕੁਲ ਜੀ, ਲੋਕਤੰਤਰ ਦਾ ਸ਼ਰੇਆਮ ਅਤੇ ਦੁਸ਼ਮਣ ਆ ਜੀ ਇਹਦਾ ਰੂਲ, ਲੋਕਤੰਤਰ ਦਾ, ਲੋਕਤੰਤਰ ਦਾ ਮਤਲਬ ਹੀ ਲੋਕਾਂ ਦੀ ਆਵਾਜ਼ ਲੋਕਾਂ ਦੇ ਨਾਲ ਰਹਿਣਾ, ਹੁਣ ਇਹ ਤਾਂ ਅਸੀਂ ਇਹਦੇ ਖਿਲਾਫ਼ ਆ ਅਤੇ ਠੋਕ ਕੇ ਅੱਜ ਮੁਜ਼ਾਹਰਾ ਕਰਾਂਗੇ, ਤੁਸੀਂ ਕਵਰੇਜ ਦੇਖਿਓ ਆਪਾਂ ਪੂਰਾ। ਠੀਕ ਹੈ, ਕੀ ਨਾਮ ਭਾਈ ਤੁਹਾਡਾ, ਤੁਸੀਂ ਕੀ ਕਹੋ? ਹਰਵਿੰਦਰ ਸਿੰਘ। ਰਵਿੰਦਰ, ਤੁਹਾਨੂੰ ਕੀ ਲੱਗਦਾ ਹੈ ਤੁਸੀਂ ਕਿਉਂ ਇਸ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੋਏ, ਤੁਹਾਨੂੰ ਕੀ ਲੱਗਦਾ ਹੈ ਵੀ ਇਹ ਕਾਨੂੰਨ ਜਿਹੜਾ ਹੈ ਕਿਉਂ ਨਹੀਂ ਲਾਗੂ ਹੋਣਾ ਚਾਹੀਦਾ? ਕਿਉਂਕਿ ਸਰ ਇਹ ਇਕੱਲਾ ਇਹ ਮੁਸਲਿਮ ਧਰਮ, ਉਹਨਾਂ ਨੇ ਕਿਹਾ ਬਈ ਉਹਨਾਂ ਨੂੰ ਇਹ ਬਾਹਰ ਕੱਢਣਾ ਚਾਹੀਦਾ, ਜਿਹੜੀ ਇਹ ਗੱਲ ਠੀਕ ਨਹੀਂ ਜੀ, ਕੋਈ ਵੀ ਸਾਰੇ ਹੁਣ ਸਟੂਡੈਂਟ ਕਹਿੰਦੇ ਆ ਬਈ ਇਹ ਗੱਲ ਠੀਕ ਨਹੀਂ, ਸਾਰੇ ਦੇਸ਼ ਵਿੱਚ ਆਪਣੀ ਉਹ ਹੋਣ ਲੱਗੀ ਹੋਈ ਹੈ, ਪ੍ਰੋਟੈਸਟ ਹੋਣ ਲੱਗੇ ਹੋਏ ਆ, ਇਸ ਕਰਕੇ ਅਸੀਂ ਸਾਨੂੰ ਇਹ ਲੱਗਦਾ ਦੇ ਆਧਾਰ 'ਤੇ ਨਾਗਰਿਕਤਾ ਨਹੀਂ ਹੋਣ ਦੇ ਆਧਾਰ ਪਰ ਕਰਨ ਲੱਗੇ ਹੋਈ, ਉਹ RSS ਅਤੇ BJP ਸ਼੍ਰੇਆਮ ਧੱਕਾ ਕਰਨ ਲੱਗੇ ਹੋਈ ਜਿਹੜੀ। ਤੁਹਾਡਾ ਕੀ ਨਾਮ ਹੈ? ਦਿਲਪ੍ਰੀਤ ਸਿੰਘ। ਦਿਲਪ੍ਰੀਤ, ਤੁਸੀਂ ਦੱਸੋ ਕਿ ਤੁਸੀਂ ਇਸ ਕਾਨੂੰਨ ਦੇ ਵਿਰੋਧ ਵਿੱਚ ਕਿਉਂ, ਤੁਹਾਨੂੰ ਕਿਉਂ ਲੱਗਦਾ ਹੈ ਕਿ ਜਿਹੜਾ ਇਹ ਜਿਹੜਾ CAA ਹੈ ਇਹ ਕਿਉਂ ਨਹੀਂ ਲਾਗੂ ਹੋਣਾ ਚਾਹੀਦਾ? ਦੇਖੋ ਜੀ, ਮੇਨ ਗੱਲ ਤਾਂ ਦੇਖੋ ਇਹ ਹੈ ਵੀ ਕਹਿੰਦੇ ਨੇ ਵੀ ਮੁਸਲਿਮ ਨੇ ਜਿਹੜੀ ਆਪਾਂ ਮਨੋਰਟੀ ਨੂੰ ਆਪਾਂ ਅਲੱਗ ਰੱਖਣਾ ਗਾ, ਜੇ ਕਹਿੰਦੇ ਨੇ ਵੀ ਉੱਥੇ ਆਪਣੇ ਉਰੇ ਮਨੋਰਟੀ ਮੁਸਲਿਮ ਹੈ ਅਤੇ ਉੱਥੇ ਹੋਰ ਮਨੋਰਟੀਜ਼ ਨੇ ਆਪਣੀਆਂ ਹਿੰਦੂ ਹੋ ਗਏ ਇਸ ਤਰ੍ਹਾਂ ਦੇ ਹੋ ਗਏ, ਅਤੇ ਫਿਰ ਜੇ ਉਹ ਆਪਾਂ ਇਸ ਉਹਨਾਂ ਦੇ ਵਾਂਗੂ ਵਿਤਕਰਾ ਕਰਾਂਗੇ ਤਾਂ ਆਪਣੇ ਦੇ ਵਿੱਚ ਫਰਕ ਕੀ ਰਹਿ ਗਿਆ? ਠੀਕ ਹੈ, ਅਤੇ ਆਪਣੇ ਆਰਟੀਕਲ 14 ਸਭ ਤੋਂ ਪਹਿਲਾਂ ਇਹ ਕਹਿੰਦਾ, ਕਹਿੰਦੇ ਵੀ ਲੂਤ ਕੋਈ ਵੀ ਲਾਭ ਹੁੰਦਾ ਸਭ ਤੋਂ ਪਹਿਲਾਂ ਪ੍ਰਾਇਓਰਟੀ ਆਪਾਂ ਦੇਣੀ ਚਾਹੀਦੀ ਆ ਇਕੁਆਲਿਟੀ ਨੂੰ, ਕੋਈ ਲਾਭ ਬਾਅਦ 'ਚ ਮੈਨੂੰ ਪਹਿਲਾਂ ਸਾਨੂੰ ਇਕੁਆਲਿਟੀ ਚਾਹੀਦੀ ਹਰ ਚੀਜ਼, ਹੁਣ ਜੇ ਆਪਾਂ ਆਪਣੇ ਕੰਸਟੀਟਿਊਸ਼ਨ ਲਈ ਨਹੀਂ ਕਰਾਂਗੇ ਕੁਛ ਤਾਂ ਫਿਰ ਸਟੂਡੈਂਟ ਹੋਣ ਦੇ ਨਾਤੇ ਤੁਹਾਨੂੰ ਲੱਗਦਾ ਕਿ ਇਹ ਹੋਰ ਪੰਜਾਬ ਦੇ ਜਿਹੜੀਆਂ ਪੰਜਾਬ ਦੀਆਂ ਜਾਂ ਦੇਸ਼ ਦੀਆਂ ਜਿਹੜੀਆਂ ਹੋਰ ਯੂਨੀਵਰਸਿਟੀਆਂ ਨੇ ਜੇ ਉੱਥੇ ਹੋ ਸਕਦਾ ਹੈ, ਰਾਜਧਾਨੀ ਦਿੱਲੀ 'ਚ, ਤਾਂ ਇਹ ਬਾਕੀ ਥਾਵਾਂ 'ਤੇ ਵੀ ਫੈਲ ਸਕਦਾ? ਬਿਲਕੁਲ ਹੋ ਸਕਦਾ ਸਰ, ਸਰ ਜਦੋਂ ਉੱਥੇ ਚੱਲ ਸਕਦਾ ਸਰ ਤਾਂ ਕੈਪੀਟਲ ਆ ਗਈ ਆਪਣੀ, ਇੱਥੇ ਵੀ ਹੋ ਸਕਦਾ ਜੀ। ਤੁਹਾਨੂੰ ਕੀ ਲੱਗਦਾ ਸਰ, ਦਿੱਲੀ 'ਚ ਤਾਂ ਇਹਨਾਂ ਨੇ ਕਰਨਾ ਹੀ ਆ ਜੀ, 8 February ਨੂੰ ਆਪਣੇ ਇਲੈਕਸ਼ਨ ਨੇ, ਇਹਨਾਂ ਨੇ ਤਾਂ ਸ਼ਰਮ ਧੱਕਾ ਕਰਨਾ ਹੀ ਆ ਵੀ ਕੇਜਰੀਵਾਲ ਮਾੜਾ। ਬਾਕੀ ਸਰ ਗੱਲ ਰਹੀ ਯੂਨੀਵਰਸਿਟੀ ਸੀ, ਇਹ ਜਾਣ ਕੇ ਸਰ ਯੂਨੀਵਰਸਿਟੀ ਦਾ ਮਾਹੌਲ ਖਰਾਬ ਕਰਦੇ ਨੇ ਕਿ ਬੱਚਾ ਪੜ੍ਹੇ ਨਾ, ਸਾਡੇ ਦੇਸ਼ ਦੇ ਐਜੂਕੇਸ਼ਨ ਸਿਸਟਮ ਦਾ ਇੰਨਾ ਬੁਰਾ ਹਾਲ ਕਿਉਂ ਹੈ? ਕਿਉਂਕਿ ਸਰਕਾਰ ਚਾਹੁੰਦੀ ਨਹੀਂ ਬੱਚਾ ਪੜ੍ਹੇ, ਜੇ ਬੱਚਾ ਪੜ੍ਹ ਗਿਆ ਤਾਂ ਆਪਣੇ ਹੱਕ ਮੰਗੂਗਾ, ਸਿੱਧੀ ਜਿਹੜੀ ਗੱਲ ਆ, ਇਹ ਚਾਹੁੰਦੇ ਹੀ ਨਹੀਂ ਹੈਗੇ ਵੀ ਪੜ੍ਹਨ, ਤਾਂ ਕਰਕੇ ਇਹ ਧੱਕੇ ਕਰਦੇ ਨੇ। ਸਰ ਇੱਕ ਯੂਨੀਵਰਸਿਟੀ, ਹੁਣ ਸਾਡੀ ਯੂਨੀਵਰਸਿਟੀ ਆ 3 ਗੇਟ ਨੇ, ਐਵੇਂ ਕਿਵੇਂ 150 ਬੰਦਾ ਅੰਦਰ ਆ ਕੇ ਲਾਠੀਆਂ ਨਾ ਆਜੂਗਾ ਜੀ? ਜੇ ਅਸੀਂ ਜੇ ਆਪਾਂ ਆਉਂਦੇ ਵੀ ਹਾਂ, ਪਹਿਲੀ ਗੱਲ ਚੈਕਿੰਗ ਹੋਵੇ, 150 ਬੰਦਾ ਆ ਗਿਆ ਜੀ, ਇਹਨਾਂ ਦਾ ਤਾਂ ਐਵੇਂ ਆ ਵੀ ਆ ਗਿਆ ਜਿੱਥੋਂ ਮਰਜ਼ੀ ਆ ਗਿਆ, JNU 'ਚ ਹੋਇਆ, ਇਸਲਾਮੀਆ ਯੂਨੀਵਰਸਿਟੀ 'ਚ ਹੋਇਆ, ਨਾਲੇ ਉਹ ਵੀ ਸਰ ਇਹ ਨਾ ਪੂਰਾ ਪਲੈਨਡ ਆ, ਇਹਨਾਂ ਨੂੰ ਕਿਵੇਂ ਪਤਾ ਵੀ ਮੁਸਲਮਾਨ ਕਿਹੜੀ ਯੂਨੀ ਹੋਸਟਲ 'ਚ ਸੀ, ਇਹਨਾਂ ਨੂੰ ਕਿਵੇਂ ਪਤਾ ਵੀ JNU ਦੀ ਪ੍ਰੈਜ਼ੀਡੈਂਟ ਕਿੱਥੇ ਸੀ? ਟਾਰਗੇਟ ਕਰਕੇ ਸਟੂਡੈਂਟਸ ਨੂੰ ਕੁੱਟਿਆ ਗਿਆ, ਪੂਰਾ ਟਾਰਗੇਟ ਕਰਕੇ। ਇਹ ਤਾਂ ਸਰ ਸ਼ਰੇਆਮ ਸਾਹਮਣੇ, ਜਿਵੇਂ ਉਹਨੇ ਕਿਹਾ ਸੀ ਵੀ ਜਿਵੇਂ ਮੁੰਬਈ ਵਾਲਾ ਹੋਟਲ ਦਾ ਹੋਇਆ ਸੀ, ਸੇਮ ਉਹੀ ਚੀਜ਼, ਸੇਮ ਟੂ ਸੇਮ ਪਲੈਨ ਆਈ, ਸਾਰਾ ਕੁਝ ਪਲਾਨ ਕਰਕੇ ਕੀਤਾ। ਠੀਕ ਹੈ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ। ਅਤੇ NRC NPR ਅਤੇ CAA ਦੇ ਖਿਲਾਫ਼ ਦੇਸ਼ ਭਰ ਦੇ ਵਿੱਚ ਜੋ ਪ੍ਰਦਰਸ਼ਨ ਚੱਲ ਰਹੇ ਨੇ ਉਹਨਾਂ ਦੇ ਵਿਚਾਲੇ ਚੰਡੀਗੜ੍ਹ ਦੇ ਵਿੱਚ ਵੀ ਇਹ ਪ੍ਰਦਰਸ਼ਨ ਹੋਇਆ ਹੈ, NSUA ਦੇ ਵੱਲੋਂ ਇਸ ਦੀ ਸ਼ੁਰੂਆਤ ਕੀਤੀ ਗਈ ਸੀ, ਅਤੇ ਇਲਜ਼ਾਮ ਇਹੀ ਲਾਏ ਗਏ ਨੇ ਕਿ ਮੋਦੀ ਸਰਕਾਰ ਜਿਹੜੀ ਹੈ ਉਹ ਇਸ ਤਰੀਕੇ ਦੇ ਕਾਲੇ ਕਾਨੂੰਨ ਲਿਆ ਕੇ ਕਿਸੇ ਧਰਮ ਵਿਸ਼ੇਸ਼ ਨੂੰ ਟਾਰਗੇਟ ਨਹੀਂ ਕਰ ਸਕਦੀ। ਅਤੇ ਇਸ ਦੀ ਸ਼ੁਰੂਆਤ ਜੇਕਰ ਹੋਈ ਹੈ ਤਾਂ ਉਸ ਸ਼ੁਰੂਆਤ ਦੇ ਨਾਲ ਅੱਗੇ ਜਿਹੜਾ ਹੈ ਉਹ ਲਗਾਤਾਰ ਇਸ ਨੂੰ ਵਧਾਉਂਦੇ ਰਹਿਣਗੇ, ਅਤੇ ਇਹਨਾਂ ਕਾਲੇ ਕਾਨੂੰਨਾਂ ਨੂੰ ਜਿਹੜਾ ਹੈ ਉਹ ਕਿਸੇ ਵੀ ਕੀਮਤ ਉੱਤੇ ਲਾਗੂ ਨਹੀਂ ਦੋਹਣ ਦੇਣਗੇ। ਫਿਲਹਾਲ ਅੱਜ ਦੇ ਪੰਜਾਬ ਬੋਲਦਾ ਚੈਨਲ, ਧੰਨਵਾਦ।